ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਕੱਲ ਗੱਲ ਕੀਤੀ ਸੀ ਮਾਂ ਬਾਰੇ ਮਾਤਾ ਬਾਰੇ, ਅੱਜ ਗੱਲ ਕਰਾਂਗੇ ਪਿਤਾ ਬਾਰੇ। ਪਿਤਾ ਕੀ ਚੀਜ਼ ਹੈ? ਮਾਵਾਂ ਨੂੰ ਠੰਡੀਆਂ ਛਾਵਾਂ ਕਿਹਾ ਜਾਂਦਾ, ਪਰ ਜਿੱਥੇ ਤੱਕ ਮੇਰਾ ਮੰਨਣਾ, ਉਹ ਮਾਂ ਤਾਂ ਹੀ ਠੰਡੀ ਛਾਂ ਹੈ ਜੇ ਬਾਪੂ ਬੋੜ ਪਿਤਾ ਬੋੜ ਸਾਡੇ ਸਿਰ ਤੇ ਹੈ। ਮਾਂ ਨੂੰ ਫਿਕਰ ਹੁੰਦਾ ਮੇਰੇ ਪੁੱਤ ਨੇ ਰੋਟੀ ਕਦੋਂ ਖਾਣੀ ਆ, ਮੇਰੀ ਧੀ ਨੇ ਰੋਟੀ ਕਦੋਂ ਖਾਣੀ ਆ। ਇੱਕ ਪਿਤਾ ਐਸਾ ਹੈ ਜਿਸ ਪਿਤਾ ਨੂੰ ਇਹ ਫਿਕਰ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਰੋਟੀ ਕਿਵੇਂ ਖਿਲਾਉਣੀ ਹੈ। ਗੱਲ ਸਮਝ ਗਏ ਹੋਵੋਗੇ। ਮਾਂ ਕਹਿੰਦੀ ਹੈ ਮੇਰਾ ਪੁੱਤ ਮੇਰੀ ਧੀ ਰੋਟੀ ਕਦੋਂ ਖਾਏਗਾ, ਤੇ ਪਿਤਾ ਨੂੰ ਫਿਕਰ ਹੁੰਦਾ ਵੀ ਮੇਰਾ ਧੀ ਮੇਰਾ ਪੁੱਤ ਮੇਰਾ ਪਰਿਵਾਰ ਇਹ ਰੋਟੀ ਮੈਂ ਕਿਵੇਂ ਖਿਲਾਵਾਂਗਾ। ਚਾਹੇ ਉਹ ਦਿਹਾੜੀਆਂ ਕਰੇ, ਚਾਹੇ ਚਾਰ ਚਾਰ ਸਾਲ ਪੰਜ ਪੰਜ ਸਾਲ ਬੱਚਿਆਂ ਤੋਂ ਦੂਰ ਵਿਦੇਸ਼ਾਂ 'ਚ ਰਹਿ ਕੇ ਕਮਾਈ ਕਰੇ, ਮਾਂ ਤਾਂ ਹੀ ਠੰਡੀ ਛਾਂ ਹੈ ਜੇ ਬਾਪੂ ਪਿਤਾ ਬੋੜ ਸਾਡੇ ਕੋਲ ਹੈ। ਪਿਤਾ ਬੋੜ ਹੈ ਤੇ ਮਾਂ ਇੱਕ ਠੰਡੀ ਤੇ ਸੰਘਣੀ ਛਾਂ ਹੈ ਜਿਹੜੀ ਸਾਨੂੰ ਠੰਡ ਦਿੰਦੀ ਹੈ। ਪਰ ਛਾਂ ਵੀ ਤਾਂ ਹੀ ਹੈ ਜੇ ਬੋੜ ਹੈ, ਬੋੜ ਹੈ ਤਾਂ ਛਾਂ ਹੈ, ਤੇ ਬੋੜ ਦਾ ਆਸਰਾ ਪਿਤਾ, ਬੋੜ ਵਰਗਾ ਆਸਰਾ ਪਿਤਾ ਦਾ ਹੁੰਦਾ ਜਿਹੜਾ ਆਪਣੇ ਤੇ ਦੁੱਖ ਚਰ ਕੇ ਦਿਨ ਰਾਤ ਆਪਣਾ ਆਪ ਤੋੜ ਕੇ ਦਿਨ ਰਾਤ ਜਾਗ ਕੇ ਮਿਹਨਤ ਕਰਕੇ ਜਾਨ ਤਲੀ ਤੇ ਰੱਖ ਕੇ ਆਪਣੇ ਬੱਚਿਆਂ ਦੀ ਖਾਤਰ ਆਪਣੇ ਪਰਿਵਾਰ ਦੀ ਖਾਤਰ ਟੁੱਟ ਟੁੱਟ ਕੇ ਕਮਾਈ ਕਰਦਾ, ਉਹ ਇੱਕ ਪਿਤਾ ਹੀ ਕਰ ਸਕਦਾ। ਬਹੁਤ ਕੁਝ ਹੈ ਪਿਤਾ ਜੀ ਤੇ ਬੋਲਣ ਲਈ, ਜੇ ਬੋਲਣਾ ਹੋਵੇ ਬਾਪੂ ਬਾਰੇ ਫਿਰ ਅਗਲੀਆਂ ਵੀਡੀਓ 'ਚ ਜ਼ਿਕਰ ਕਰਾਂਗੇ ਜੀ। ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਜੀ।